ਇਹ ਜਿਹੜੇ ਸਾਡੇ ਵਾਲੇ ਰਾਹ ਗਿਆ ਇਹਨੂੰ ਦੁਨੀਆਂ ਤੋਂ ਚਲੇ ਗਏ। ਮੈਂ ਜਨਾਬ ਬਚਪਨ ਦੇ ਵਿੱਚ ਆਪਣੇ ਉਸਤਾਦ ਦਾ ਸ਼ਾਗਿਰਦ ਹੋਇਆ ਸੀ, 8-9 ਸਾਲ ਦੀ ਮੇਰੀ ਉਮਰ ਸੀਗੀ। ਮੁਹੰਮਦ ਸਦੀਕ ਉਹਨਾਂ ਦਾ ਨਾਂ ਸੀਗਾ। ਇਹ ਰਾਗ ਗਾਇਆ ਅਤੇ ਜੱਟਾਂ ਲੋਕਾਂ ਨੇ ਗਾਇਆ, ਗੁੱਜਰਾਂ ਨੇ ਵੀ ਬਹੁਤ ਗਾਇਆ। ਬਾਕੀ ਮੁਹੰਮਦ ਸਦੀਕ ਜਿਹੜਾ ਮੇਰਾ ਉਸਤਾਦ ਸੀਗਾ, ਇਲਮਦਾਰ ਸੀਗਾ, ਪੜ੍ਹਿਆ ਲਿਖਿਆ ਸੀਗਾ, ਉਹਨੂੰ ਜ਼ਰਾ ਕੁ ਲੋਕਾਂ ਨੇ ਬਹੁਤ ਪਸੰਦ ਕੀਤਾ। ਮੈਂ ਆਪਣੇ ਆਪ ਨੂੰ ਰਾਗੀ ਨਹੀਂ ਉਹ ਕਹਾਇਆ। 102 ਕੇਸਟ ਇਸ ਜ਼ਬਾਨ 'ਚੋਂ ਅੱਲਾ ਦੀ ਜ਼ਾਤ ਨੇ ਕਢਾਏ ਆ ਮੇਰੇ, 102 ਕੇਸਟ। ਸ਼ਾਇਦ ਤੁਸੀਂ ਇੰਟਰਵਿਊ ਵੀ ਮੇਰਾ ਸੁਣਿਆ ਹੋਊਗਾ। ਅਤੇ ਜਦੋਂ ਜਨਾਬ, ਚਲੋ ਜੀ ਮੈਂ ਮੁੱਖ ਦੀ ਮਕਾਉਣਾ, ਕਿਸੇ ਅਰਫ ਲੋਕ ਨੇ ਲਿਖਿਆ, ਉੜਦਾ ਭੋਲਿਆ ਪੰਛੀਆ ਆਪਣੀ ਜਾਨ ਬਚਾ। ਉਹ ਕਿਹੜਾ ਪੰਛੀ ਸੀ ਜਿਹੜਾ ਵਿੱਚ ਬੋਲਦਾ, ਵਿੱਚ ਬੋਲਦਾ? ਇੰਨਾ ਕੁ ਮੈਂ ਵੀ ਇੰਡੀਆ 'ਚ ਮਾੜਾ ਜਿਹਾ ਸੁਣਦਾ ਹੁੰਦਾ ਸੀਗਾ, ਮੈਨੂੰ ਇੰਨਾ ਕੁ ਹੀ ਪਤਾ ਸੀਗਾ ਵੀ ਉੜ ਜਾ ਭੋਲਿਆ ਪੰਛੀ ਆਪਣੀ ਜਾਨ ਬਚਾ। ਆ ਸਾਡੇ ਮਲਖਾਂ ਵਾਲਾ ਫੈਸਲਾਬਾਦ ਦੇ ਨਜ਼ਦੀਕ ਹੈਗਾ, ਉੱਥੇ ਦੇ ਇੱਕ ਆਰਫ ਲੋਕ ਬਜ਼ੁਰਗ ਹੋਏ ਆ, ਉਹਨਾਂ ਨੇ ਇੱਕੋ ਹੀ ਕਿੱਸਾ ਲਿਖਿਆ, ਉਹ ਮੇਰੇ ਹੱਥ ਆ ਗਿਆ ਸਾਰਾ ਹੀ, ਮੈਂ ਜਨਾਬ ਦੇ ਪੇਸ਼ ਕਰਦਾ। ਉਹਨੇ ਕਿਹਾ, ਉੜ ਜਾ ਭੋਲਿਆ ਪੰਛੀ ਆਪਣੀ ਜਾਨ ਬਚਾ, ਇਹ ਦੁਨੀਆਂ 'ਤੇ ਘਰ ਘਰ ਫਾਹੀਆਂ ਲੱਗੀਆਂ, ਤੈਨੂੰ ਲੈਣਾ ਹੀ ਨਾ ਪਸਾ। ਪੰਛੀਆ ਤੇਰਾ ਆਲਣਾ ਸੀ ਅਰਸ਼ ਅਜ਼ੀਮ 'ਤੇ, ਤੂੰ ਦੇਸ਼ ਕੁਦਸ ਦਾ ਸ਼ਾਹ, ਛੱਡ ਕੇ ਸ਼ਾਹੀ ਆਪਣੀ ਦੁਨੀਆਂ 'ਤੇ ਕੈਦੀ ਬਣਿਆ, ਇੱਥੇ ਬੋਲਦਾ ਮਿੱਠੀਆਂ ਬੋਲੀਆਂ, ਤੇਰੇ ਦਿਲ ਵਿੱਚ ਕਾਹਦਾ ਚਾਹ, ਤੇਰੇ ਮਗਰ ਸ਼ਿਕਾਰੀ ਮੌਤ ਦੇ ਬੈਠੇ ਜਾਲ ਵਿਛਾ। ਜਦੋਂ ਹੱਥ ਉਹਨਾਂ ਦੇ ਆ ਗਿਆ, ਪੰਛੀਆ ਫੇ ਪੇਸ਼ ਨਹੀਂ ਜਾਣੀ ਕਾ, ਫੜ ਕੇ ਨਾ ਜ਼ਾਲਮਾ ਦੇਣੀ ਗਲਤੇ ਸ਼ੁਰੂ ਹੀ ਚਲਾ, ਤੇਰੀਆਂ ਨਿੱਕੀਆਂ ਕਰ ਕਰ ਬੋਟੀਆਂ ਇਹਨਾਂ ਹਾਂਡੀ 'ਚ ਲੈਣਾ ਪਾ, ਤੇਰੇ ਭੁੰਨ ਕਬਾਬ ਬਣਾਉਣਗੇ ਸਿੱਖਾਂ ਉੱਤੇ ਚੜਾ। ਉਹ ਪੰਛੀਆ ਦੁਨੀਆਂ 'ਤੇ ਰੋਂਦੀਆਂ ਚੂੜੇ ਵਾਲੀਆਂ ਕਿਹੜੀਆਂ, ਗਲ 'ਚ ਜ਼ੁਲਫਾਂ ਪਾ, ਇੱਥੇ ਰੰਡੀਆਂ ਹੋਣ ਸੁਹਾਗਣਾ ਜਿਹਨਾਂ ਮਨੋਂ ਨਹੀਂ ਲੱਥੇ ਚਾਹ। ਹੁਣ ਉਹਦਾ ਜ਼ੇਨ ਕਿੱਧਰ ਨੂੰ ਗਿਆ? ਉਹਨੇ ਕਿਹਾ, ਦੁਨੀਆਂ 'ਤੇ ਅਦਲ ਨਹੀਂ ਕਰਦੇ ਬਾਦਸ਼ਾਹ, ਅਦਲ ਨਹੀਂ ਕਰਦੇ ਬਾਦਸ਼ਾਹ ਹਾਕਮ ਬੇਗਮਰਾ, ਤੂੰ ਦੇਖ ਨਾ ਭੁੱਲੀ ਦਾੜੀਆਂ ਅੰਦਰੋਂ ਨਹੀਂ ਸਫਾ। ਉਹ ਕਿਹੜੇ ਦਾੜੀਆਂ ਵਾਲਿਆਂ ਨੂੰ ਕਿਹਾ? ਜਿਨ੍ਹਾਂ ਨੇ ਹੁਸੈਨ ਦੀ ਜਨਾਬ ਨੂੰ ਸ਼ਹੀਦ ਕੀਤਾ, ਮੌਲਾ ਅਲੀ ਨੂੰ ਸ਼ਹੀਦ ਕੀਤਾ, ਉਹਨਾਂ ਦੇ ਵੀ ਦਾੜੀਆਂ ਰੱਖੀਆਂ ਸੀ। ਉਹਨੇ ਕਿਹਾ, ਦੇਖ ਨਾ ਭੁੱਲੀ ਦਾੜੀਆਂ ਇਹ ਅੰਦਰੋਂ ਨਹੀਂ ਸਫਾ, ਇਹਨੀ ਦੁਨੀਆਂ ਠੱਗਣ ਵਾਸਤੇ ਮੱਥੇ ਲੈ ਕਸਾ। ਦਾੜੀਆਂ ਵਾਲਿਆਂ ਨੇ ਮਾਰਿਆ ਮੌਲਾ ਮੁਰਤਜ਼ਾ, ਕੁੱਲ ਵਲੀਆਂ ਦਾ ਪੇਸ਼ਵਾ, ਇਹਨਾਂ ਕੀਤਾ ਕਤਲ ਹੁਸੈਨ ਨੂੰ ਖੰਜਰ ਹੇਠ ਰਟਾ। ਉਹ ਪੰਛੀਆ ਦੁਨੀਆਂ 'ਤੇ ਪੇ ਪੁੱਤਰਾਂ ਨੂੰ ਮਾਰ ਦੇ, ਗਲਤੇ ਸ਼ੁਰੂ ਹੀ ਚਲਾ, ਤੇਰਾ ਲੰਮਾ ਸਫ਼ਰ ਮੁਸਾਫਰਾ, ਕੁਛ ਰਾਹ ਦਾ ਖਰਚ ਬਣਾ, ਤੈਨੂੰ ਸਾਥੀ ਪਏ ਉਡੀਕ ਦੇ, ਇੱਕ ਮੁੜ ਵਤਨਾਂ ਨੂੰ ਜਾ ਇੱਥੋਂ, ਚੱਲ ਅਬਦੁੱਲਾ ਚੱਲੀਏ ਦੁਨੀਆਂ ਬੇਵਫਾ, ਕੀ ਲੈਣਾ ਦੁਨੀਆਂ ਤੋਂ, ਕਿਹੜੇ ਜਵਾਬ ਕਰਕੇ ਦੱਸਦਾ ਯਾਰ।
ਉਸਤਾਦ ਵੀ ਆਹ ਗੱਲ ਕਹਿੰਦਾ ਸੀ, ਇਸ ਰਾਗ ਵਿੱਚ ਜੇ ਸਵਾਬ ਨਹੀਂ ਤਾਂ ਇਨਸ਼ਾਅੱਲਾ ਅਜ਼ਾਬ ਵੀ ਨਹੀਂ ਹੈ। ਹਜ਼ੂਰ ਦੀ ਜ਼ਾਤ ਪਾਕ ਗਾਰ ਸੌਰ ਦੇ ਵਿੱਚੋਂ ਮਦੀਨੇ ਸ਼ਰੀਫ ਨੂੰ ਹਿਜਰਤ ਕਰਕੇ ਚੱਲੇ। ਮਦੀਨੇ ਦੇ ਲੋਕਾਂ ਨੂੰ ਹਜ਼ੂਰ ਦੇ ਆਉਣੇ ਦਾ ਪਤਾ ਸੀ, ਦੁਨੀਆ ਹਜ਼ੂਰ ਦਾ ਇੰਤਜ਼ਾਰ ਕਰਦੀ ਸੀ ਵੀ ਕਦੋਂ ਸਰਕਾਰ ਦੀ ਡਾਕੀ ਮਦੀਨੇ ਸ਼ਰੀਫ 'ਚ ਦਾਖਲ ਹੁੰਦੀ ਆ। ਜਦੋਂ ਸਰਕਾਰ ਦੀ ਡਾਕੀ ਮਦੀਨੇ ਸ਼ਰੀਫ 'ਚ ਦਾਖਲ ਹੋ ਗਈ, ਮਦੀਨੇ ਸ਼ਰੀਫ ਦੀਆਂ ਲੜਕੀਆਂ ਸੋਹਣੇ ਨਬੀ ਦੀ ਨਾਤ ਪੜ੍ਹਦੀਆਂ, ਭਲਾ ਕਿਵੇਂ ਪੜ੍ਹਦੀਆਂ? ਗਲੀਆਂ ਵਿੱਚ ਨੂਰੀ ਨੂਰੀ, ਗਲੀਆਂ ਵਿੱਚ ਨੂਰੀ ਨੂਰੀ, ਕਲਮੇ ਦੀਆਂ ਮੈਂ ਪੁਕਾਰਾਂ, ਆਇਆ ਜੱਟ ਕੰਬਲੀ ਵਾਲਾ ਖਿੜ ਗਏ ਆ ਫੁੱਲਦਾਰਾਂ। ਗਲੀਆਂ ਵਿੱਚ ਨੂਰੀ ਨੂਰੀ, ਗਲੀਆਂ ਵਿੱਚ ਨੂਰੀ ਨੂਰੀ, ਕਲਮੇ ਦੀਆਂ ਮੈਂ ਪੁਕਾਰਾਂ, ਆਇਆ ਜੱਟ ਕੰਬਲੀ ਵਾਲਾ ਖਿੜ ਗਏ ਆ ਫੁੱਲਦਾਰਾਂ। ਆਸ਼ਕ ਨਬੀ ਦੇ ਵਰਦੇ, ਆਸ਼ਕ ਨਬੀ ਦੇ ਵਰਦੇ, ਗਲੀਆਂ ਵਿੱਚ ਕਲਮੇ ਪੜਦੇ, ਆਸ਼ਕ ਨਬੀ ਦੇ ਮਰਦੇ, ਆਸ਼ਕ ਨਬੀ ਦੇ।